ਦੋਸਤੋ ਅੱਜਕੱਲ ਘੋੜਿਆਂ ਦੇ ਵਿੱਚ ਬਵੇਸ਼ਿਆ ਨਾਮ ਦੀ ਬਿਮਾਰੀ ਖਾਸ ਕਰਕੇ ਪੰਜਾਬ ਵਿੱਚ ਬਹੁਤ ਆ ਰਹੀ ਆ ਅਗਰ ਤੁਹਾਡੇ ਘੋੜੇ ਮੱਝਾਂ ਗਾਵਾਂ ਦੇ ਕੋਲੇ ਨੇ ਜਾਂ ਕੁੱਤਾ ਤੁਹਾਡੇ ਘੋੜੇ ਦੇ ਨੇੜੇ ਤੇੜੇ ਰਹਿੰਦੇ ਨੇ ਕਿਤੇ ਤਾਂ ਸਮਝ ਲਓ ਉਹਦੇ ਵਿੱਚ ਬਵੇਸ਼ਿਆ ਦੇ ਚਾਂਸ ਵੱਧ ਜਾਂਦੇ ਨੇ ਬਵੇਸ਼ਿਆ ਇੱਕ ਚਿਚਣਾ ਦੁਆਰਾ ਫਲਾਈ ਜਾਣ ਵਾਲੀ ਬਿਮਾਰੀ ਆ ਇਹ ਟਿਕ ਬੋਰਨ ਪ੍ਰੋਟੋਜ਼ੋਅਲ ਪੈਰਾਸਾਈਟਿਕ ਡਿਜ਼ੀਜ਼ ਆ ਇਹਦੇ ਵਿੱਚ ਜਿਹੜੇ ਖੂਨ ਦੇ ਵਿੱਚ ਰੈੱਡ ਬਲੱਡ ਸੈੱਲਸ ਹੁੰਦੇ ਨੇ ਉਹ ਫੈਕਟ ਹੁੰਦੇ ਨੇ ਦੋ ਤਰ੍ਹਾਂ ਦੇ ਪੈਰਾਸਾਈਟ ਨੇ ਜਿਹੜੇ ਉੜਿਆਂ ਦੇ ਵਿੱਚ ਬਵੇਸ਼ੀਆ ਫੈਲਾਉਂਦੇ ਨੇ ਇੱਕ ਹੈਗਾ ਦਾ ਬਵੇਸ਼ੀਆ ਕਬੈਲੀ ਇੱਕ ਹੈਗਾ ਥਲੇਰੀਆ ਇਕੋਈ ਇਹਦੇ ਲੱਛਣ ਕੀ ਨੇ ਇਸ ਦੇ ਵਿੱਚ ਘੋੜੇ ਨੂੰ 102 ਤੋਂ ਲੈ ਕੇ 107 ਤੱਕ ਬੁਖਾਰ ਹੋ ਸਕਦਾ ਘੋੜੇ 'ਚ ਖੂਨ ਦੀ ਕਮੀ ਹੋ ਸਕਦੀ ਆ ਐਨੀਮਿਕ ਹੋ ਸਕਦਾ ਘੋੜੇ ਨੂੰ ਬਾਰ ਬਾਰ ਜੌਂਡਸ ਯਾਨੀ ਕਹਿ ਲਓ ਪੀਲੀਆ ਹੋ ਸਕਦਾ ਘੋੜੇ ਦਾ ਲੀਵਰ ਵੱਧ ਸਕਦਾ ਇਹਦੇ ਵਿੱਚ ਘੋੜੇ ਦੀਆਂ ਜਿਹੜੀਆਂ ਨਾੜਾਂ ਨੇ ਉਹ ਰੈਪਚਰ ਹੋ ਸਕਦੀਆਂ ਨੇ ਪੈਂਚਰ ਹੋ ਸਕਦੀਆਂ ਨੇ ਉਹਨਾਂ 'ਚੋਂ ਬਲੱਡ ਬਾਹਰ ਆ ਸਕਦਾ ਘੋੜੇ ਦਾ ਜਿਹੜਾ ਬਲੱਡ ਆ ਉਹਦੇ ਵਿੱਚ ਹੀਮੋਗਲੋਬਿਨ ਦਾ ਬਹੁਤ ਜ਼ਿਆਦਾ ਵੱਜ ਜਾਣਾ ਉਹ ਵੀ ਭਵਿਸ਼ੇ ਦਾ ਲੱਛਣ ਤੇ ਬਹੁਤ ਜ਼ਿਆਦਾ ਕੇਸਾਂ ਦੇ ਵਿੱਚ ਕੋੜੇ ਦੀ ਡੈਥ ਹੋ ਜਾਂਦੀ ਆ ਅਗਰ ਤੁਹਾਡੇ ਘੋੜੇ ਦੇ ਵਿੱਚ ਲੱਛਣ ਆਉਂਦੇ ਨੇ ਤਾਂ ਜਲਦੀ ਤੋਂ ਜਲਦੀ ਆਪਣੇ ਘੋੜੇ ਦਾ ਬਲੱਡ ਪੈਰਾਸਾਈਟਿਕ ਟੈਸਟ ਕਰਾਓ ਤਾਂ ਕਿ ਭਵਿੱਖੇ ਬਾਰੇ ਪਤਾ ਲੱਗ ਸਕੇ ਇਹਦਾ ਇਲਾਜ ਬਹੁਤ ਸਿੰਪਲ ਆ ਬਹੁਤ ਛੋਟਾ ਜਿਹਾ ਇਲਾਜ ਆ ਨਹੀਂ ਤੁਹਾਡਾ ਘੋੜਾ ਮਰ ਵੀ ਸਕਦਾ ਆ ਇਹ ਬਿਮਾਰੀ ਤੁਹਾਡੇ ਘੋੜੇ ਲਈ ਜਾਨਲੇਵਾ ਨਾ ਹੋਵੇ ਇਸ ਲਈ ਉਹਦਾ ਬਲੱਡ ਟੈਸਟ ਕਰਕੇ ਜਲਦੀ ਇਲਾਜ ਕਰਾਓ